ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬੀ ਟੇਸ਼ਨ ਤੇ ਮੈਂ ਜੱਸੀ ਬੜੈਚ। ਦੋਸਤੋ, ਗੱਲ ਕਰਾਂਗੇ ਆਪਾਂ ਪੰਜਾਬੀ ਫਿਲਮਾਂ ਦੀ। ਦੋਸਤੋ, ਜਿੱਥੇ ਹੀ ਪੰਜਾਬੀ ਸਿਨੇਮੇ ਨੇ ਤਰੱਕੀ ਕੀਤੀ ਆ, ਉੱਥੇ ਹੀ ਕਿਤੇ ਨਾ ਕਿਤੇ ਫਿਲਮ ਮੇਕਰ ਵਾਸਤੇ ਇਹ ਚਿੰਤਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਬਣਦਾ ਨਜ਼ਰ ਆ ਰਿਹਾ, ਕਿਉਂਕਿ ਕੋਵਿਡ ਦੇ ਦੌਰਾਨ ਕਾਫੀ ਫਿਲਮਾਂ ਜਿਹੜੀਆਂ ਬਣ ਕੇ ਬਿਲਕੁਲ ਤਿਆਰ ਨੇ, ਰਿਲੀਜ਼ ਹੋਣ ਦੇ ਐਨ ਕਿਨਾਰੇ 'ਤੇ ਨੇ। ਸੋ ਕਿਤੇ ਨਾ ਕਿਤੇ ਇਹ ਵੀ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕਿ ਇੱਕ ਇੱਕ ਹਫ਼ਤੇ ਦੇ ਵਿੱਚ ਜਿਹੜੀਆਂ ਦੋ ਦੋ ਤਿੰਨ ਤਿੰਨ ਫਿਲਮਾਂ ਰਿਲੀਜ਼ ਹੁੰਦੀਆਂ ਨੇ, ਕਿਤੇ ਨਾ ਕਿਤੇ ਫਿਲਮ ਮੇਕਰ ਵਾਸਤੇ ਉਹ ਬਹੁਤ ਚਿੰਤਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਬਣਿਆ ਹੋਇਆ। ਸੋ ਪਿਛਲੇ ਦਿਨੀ ਗੱਲ ਕਰਾਂਗੇ ਤਾਂ ਗੁਰਪ੍ਰੀਤ ਘੁੱਗੀ ਹੋਰਾਂ ਨੇ ਫਿਲਮ ਟੈਲੀਵਿਜ਼ਨ ਦੀ ਪ੍ਰੈਸ ਕਾਨਫਰੰਸ ਕਰਦਿਆਂ ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਕਿ ਕਿਤੇ ਨਾ ਕਿਤੇ ਸਾਡੀ ਫਿਲਮ ਮੇਕਰ, ਸਾਡੀ ਸਾਡੀ ਪੰਜਾਬੀ ਇੰਡਸਟਰੀ ਕਿਤੇ ਨਾ ਕਿਤੇ ਆਪਣਿਆਂ ਦੇ ਨਾਲ ਹੀ ਮੁਕਾਬਲਾ ਕਰ ਰਹੀ ਹੈ, ਕਿਉਂਕਿ ਜਦੋਂ ਇੱਕ ਫਿਲਮ ਨੂੰ ਪੂਰਾ ਜਿਹੜਾ ਟਾਈਮ ਹੈ ਉਹ ਨਹੀਂ ਮਿਲ ਪਾਉਂਦਾ, ਸੋ ਕਿਤੇ ਨਾ ਕਿਤੇ ਇਸ ਦੇ ਨਾਲ ਜਿਹੜੀ ਮਿਹਨਤ ਕੀਤੀ ਆ ਉਹ ਵੀ ਜਾਇਆ ਜਾਂਦੀ ਹੈ। ਸੋ ਇਸ ਦੇ ਨਾਲ ਫਿਲਮ ਮੇਕਰ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ, ਕਿਉਂਕਿ ਫਿਲਮ ਇੱਕ ਫਿਲਮ ਬਣਾਉਣ ਦੇ ਲਈ ਕਾਫੀ ਬਜਟ ਵੀ ਲੱਗਦਾ, ਕਾਫੀ ਮਿਹਨਤ ਵੀ ਆਉਂਦੀ ਆ। ਸੋ ਕਿਤੇ ਨਾ ਕਿਤੇ ਇਸ ਚੀਜ਼ ਦਾ ਜਿਹੜਾ ਫਿਲਮ ਮੇਕਰ ਨੂੰ ਆ ਉਹ ਬਹੁਤ ਨੁਕਸਾਨ ਹੁੰਦਾ। ਸੋ ਗੁਰਪ੍ਰੀਤ ਘੁੱਗੀ ਹੋਰਾਂ ਨੇ ਚਿੰਤਾ ਜ਼ਾਹਰ ਕਰਦਿਆਂ ਇਹ ਗੱਲ ਨੂੰ ਸਾਂਝਾ ਕੀਤਾ ਕਿ ਸਾਡੀ ਇੰਡਸਟਰੀ ਕਿਤੇ ਨਾ ਕਿਤੇ ਜਿਹੜਾ ਆਪਣਿਆਂ ਦੇ ਨਾਲ ਮੁਕਾਬਲਾ ਕਰ ਰਹੀ ਆ। ਉੱਥੇ ਹੀ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਤੇ ਨਾ ਕਿਤੇ ਆਡੀਅੰਸ 'ਤੇ ਵੀ ਇਹ ਚੀਜ਼ ਦਾ ਫਰਕ ਜ਼ਰੂਰ ਪੈਂਦਾ, ਕਿਉਂਕਿ ਸਾਡੀ ਇੰਡਸਟਰੀ ਬਹੁਤ ਛੋਟੀ ਜਿਹੀ ਇੰਡਸਟਰੀ ਆ। ਸੋ ਸਾਡੇ ਕਹਿ ਸਕਦੇ ਕਿ ਸਾਡੀ ਸਾਡੇ ਚਾਹੁਣ ਵਾਲੇ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਆ, ਉਹ ਕਿਸੇ ਨਾਲ ਕੋਈ ਭੇਦਭਾਵ ਨਹੀਂ, ਸਾਰੇ ਕਲਾਕਾਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਕਿਤੇ ਨਾ ਕਿਤੇ ਉਹ ਵੀ ਡਬਲ ਮਾਈਂਡਡ ਆ ਜਿਹੜੇ, ਉਹ ਜ਼ਰੂਰ ਹੁੰਦੇ ਆ ਜਦੋਂ ਇੱਕ ਦਿਨ 'ਚ ਦੋ ਫਿਲਮਾਂ ਰਿਲੀਜ਼ ਹੁੰਦੀਆਂ ਨੇ। ਸੋ ਕਹਿ ਸਕਦੇ ਆ ਕਿ ਹਰ ਬੰਦੇ ਦਾ ਇੱਕ ਜੇ ਅਸੀਂ ਗੱਲ ਕਰੀਏ ਤਾਂ ਹਰ ਬੰਦੇ ਦਾ ਇੱਕ ਇੱਕ ਪਲਾਨ ਹੁੰਦਾ ਵੀ ਇੱਕ ਹਫ਼ਤੇ ਦੇ ਵਿੱਚ ਆਹ ਫਿਲਮ ਵੇਖਣੀ ਆ। ਸੋ ਜਦੋਂ ਥੀਏਟਰ ਦੇ ਵਿੱਚ ਵਿਜਿਟ ਕਰਦੇ ਆ, ਸੋ ਕਿਤੇ ਨਾ ਕਿਤੇ ਉਹ ਵੀ ਡਬਲ ਮਾਈਂਡਡ ਹੁੰਦੇ ਆ ਕਿ ਅਸੀਂ ਕਿਸ ਫਿਲਮ ਨੂੰ ਵੇਖੀਏ। ਸੋ ਗੁਰਪ੍ਰੀਤ ਘੁੱਗੀ ਹੋਰਾਂ ਦਾ ਕੀ ਕਹਿਣਾ ਇਸ ਬਾਬਤ, ਆਓ ਸੁਣਦੇ ਹਾਂ। ਹਿੰਦੀ ਫਿਲਮ ਵਾਲਾ ਆ ਕੇ ਕੋਈ ਨਹੀਂ ਕਰ ਰਹੇ ਜੀ, ਗੱਲ ਕਰ ਰਹੇ ਨੇ ਕਿ ਡਿਸਟ੍ਰੀਬਿਊਟਰ ਜਿਹੜੇ ਇੱਥੇ ਕੁਛ ਜਿਨ੍ਹਾਂ ਨਾਲ ਇਕੁਏਸ਼ਨ ਉਸ ਤਰ੍ਹਾਂ ਦੀ ਨਹੀਂ ਬਣ ਪਾਈ, ਉਹਨਾਂ ਦੀ ਗੱਲ ਕਰ ਰਹੇ ਨੇ, ਤੇ ਤਾਂ ਬਾਹਰੋਂ ਆ ਕੇ ਤਾਂ ਕੋਈ ਡਾਕਾ ਨਹੀਂ ਮਾਰ ਸਕਦਾ। ਪਰ ਜਿਹੜੀ ਗੱਲ ਅਸਲ ਦੇ ਵਿੱਚ ਇਹ ਹੈ ਕਿ ਇਹ ਡੇਟ ਜਿਹੜੀ ਹੈ ਬੜੀ ਦੇਰ ਤੋਂ ਅਨਾਊਂਸਡ ਸੀਗੀ, ਇਹ ਡੇਟ ਜਿਹੜੀ ਕੁਛ ਫਿਲਮਾਂ ਦੀ ਫੋਰ ਸਮ ਰੀਜ਼ਨ ਉਹਨਾਂ ਨੂੰ ਜੇ ਅੱਗੇ ਪਿੱਛੇ ਕਰਨੀਆਂ ਪਈਆਂ ਤੇ ਬੈਠ ਕੇ ਸੋਰਟ ਆਊਟ ਕਰਨਾ ਚਾਹੀਦਾ ਸੀ, ਉਸ ਕਰਕੇ ਆਪਸ 'ਚ ਜਿਹੜਾ ਕਲੈਸ਼ ਹੈ। ਔਰ ਕਿਉਂਕਿ ਇਸ ਫਿਲਮ ਨੂੰ ਅਗਰ ਪ੍ਰਮੋਟ ਨਾ ਕੀਤਾ ਜਾ ਰਿਹਾ ਹੁੰਦਾ ਤੇ ਪ੍ਰੋਡਿਊਸਰਸ ਸਾਡੇ ਵੀ ਇੰਨੇ ਜ਼ਿਆਦਾ ਸਟਬਨ ਨਹੀਂ ਹੈਗੇ, ਇਹ ਅੱਗੇ ਪਿੱਛੇ ਕਰ ਲੈਂਦੇ। ਪਰ ਫਿਲਮ ਦੀ ਆਲਰੇਡੀ ਇੰਨੀ ਪ੍ਰਮੋਸ਼ਨ ਚੱਲ ਰਹੀ ਸੀ ਕਿ ਡੇਟ ਨੂੰ ਹੁਣ ਸਡਨਲੀ ਅੱਗੇ ਕਰਨਾ ਔਖਾ ਸੀ। ਔਰ ਬੈਕਲੌਗ ਇੰਨਾ, ਕੋਵਿਡ ਕਰਕੇ ਫਿਲਮਾਂ ਇੰਨੀਆਂ ਬਣੀਆਂ ਪਈਆਂ, ਅੱਗੋਂ ਵੀ ਕਿਹੜੀਆਂ ਡੇਟਾਂ ਫ੍ਰੀ ਨੇ, ਤੇ ਮੈਨੂੰ ਲੱਗਦਾ ਇਸ ਕਰਕੇ ਬੈਕਲੌਗ ਦਾ ਪ੍ਰੈਸ਼ਰ ਵੀ ਹੈ ਔਰ ਕੁਛ ਸੋਚ ਹੁੰਦੀ ਹੈ ਆਪੋ ਆਪਣੀ। ਜੇ ਅਸੀਂ ਇੱਕ ਦੂਜੇ ਨੂੰ ਸਪੇਸ ਨਹੀਂ ਪ੍ਰੋਪਰ ਦੇਵਾਂਗੇ ਤੇ ਫਿਰ ਅਸੀਂ ਇੱਕ ਦੂਜੇ ਨੂੰ ਜਦੋਂ ਆਪਸ 'ਚ ਕੱਟਣ ਲੱਗ ਜਾਵਾਂਗੇ ਤੇ ਗੱਲ ਫਿਰ ਕਿੱਥੇ ਜਾਂਦੀ ਹੈ ਕਿ ਸ਼ਾਇਦ ਹਿੰਦੀ ਫਿਲਮ ਵਾਲੇ ਧੱਕਾ ਕਰਦੇ ਪਏ ਨੇ। ਇੱਥੇ ਧੱਕਾ ਆਪਸ 'ਚ ਜਿਹੜਾ ਹੋ ਰਿਹਾ ਉਹਦੀ ਗੱਲ ਹੋ ਰਹੀ ਹੈ ਨਹੀਂ ਕੱਲੇ ਸ਼ੇਰ ਬੱਗਾ ਨੇ, ਨਾਲੇ ਹੋਰ ਫਿਲਮ ਵੀ ਨਾ ਲਿਆ ਸੀ ਨਾ ਹੁਣ ਜੁਗ ਜੁਗ ਮੈਂ ਗੱਲ ਕਰ ਰਿਹਾ ਕਿ ਇਹ ਸਾਰੀਆਂ ਦੇ ਉੱਤੇ ਫਿਲਮਾਂ ਦੇ ਉੱਤੇ ਇੱਕ ਪ੍ਰੈਸ਼ਰ ਹੈ ਬੈਕਲੌਗ ਦਾ ਵੀ, ਇਹ ਵੀ ਨਾਲ ਗੱਲ ਹੈ। ਪਰ ਜਦੋਂ ਫੋਰ ਐਨੀ ਰੀਜ਼ਨ ਸਾਡੀ ਡੇਟ ਅੱਗੇ ਪਿੱਛੇ ਹੋਏਗੀ ਨਾ ਤਾਂ ਸਾਨੂੰ ਬਾਕੀਆਂ ਦਾ ਹਿੱਤ ਜਿਹੜਾ ਧਿਆਨ 'ਚ ਰੱਖਣਾ ਪਏਗਾ, ਅਸੀਂ ਬਾਕੀ ਕਿਸੇ ਦਾ ਨੁਕਸਾਨ ਕਰਕੇ ਆਪਣੀ ਡੇਟ ਆਪਣੀ ਮਰਜ਼ੀ ਨਾਲ ਨਹੀਂ ਅਨਾਉਂਸ ਕਰ ਸਕਦੇ।